ਜਿਹੜੇ ਬੰਦੇ ਨੇ ਵੱਡੀ ਗਦਾਰੀ ਕੀਤੀ ਆ ਆਖਣੇ ਖਾਨਦਾਨੀ ਸਰਦਾਰ ਆ, ਕਮਾਲ ਨੀ, ਜਿਹੜੇ ਬੰਦੇ ਨੇ ਅੰਗਰੇਜ਼ਾਂ ਦੀ ਨਾਲ ਰਲ ਕੇ ਹਿੰਦੁਸਤਾਨ ਦਾ ਬੇੜਾ ਗਰਕ ਕਰਾਇਆ, ਆਖਣਗੇ ਜੀ ਬੰਦਾ ਬੜਾ ਐਡਵਾਂਸ ਹੈ ਬਾਈ, ਉਹਨੂੰ ਐਡਵਾਂਸ ਕਹਿੰਦੇ ਆ। ਪੈਂਟ ਕੋਟ ਅਤੇ ਟਾਈ ਲਾਉਣ ਤੋਂ ਬਾਅਦ ਬੰਦਾ ਐਡਵਾਂਸ ਹੋ ਜਾਂਦਾ। ਇਹਨਾਂ ਨੂੰ ਪੁੱਛੋ ਕਿ ਜੇ ਅੰਗਰੇਜ਼ ਨਾ ਆਉਂਦਾ ਤਾਂ ਰੇਲ ਗੱਡੀ ਨਹੀਂ ਨਿਕਲਣੀ ਸੀ, ਕਹਿੰਦੇ ਹੈ ਨਾ, ਕਹਿੰਦੇ ਆ ਨਾ ਤਰੱਕੀ ਨਹੀਂ ਹੋਣੀ, ਤਰੱਕੀ ਨਹੀਂ ਹੋਣੀ। ਉਹਨੂੰ ਪੁੱਛੇ ਵੀ ਜਿੱਥੇ ਅੰਗਰੇਜ਼ ਨਹੀਂ ਗਿਆ ਉੱਥੇ ਰੇਲ ਗੱਡੀ ਨਹੀਂ ਆਈ, ਸਮਾਂ ਜਿੱਥੇ ਅੰਗਰੇਜ਼ ਦੇ ਛੱਤਰ ਮਾਰ ਕੇ ਕੱਢਿਆ ਉੱਥੇ ਰੇਲ ਗੱਡੀ ਪਹਿਲਾਂ ਆਈ। ਲੋਕ ਬਹੁਤ ਖੁਸ਼ ਹੁੰਦੇ ਆ, ਦੇਖੋ ਜੀ ਉਹਨਾਂ ਦੇ ਬਣਾਏ ਪੁਲ ਖੜੇ ਆ ਜੀ, ਉਹ ਆਏ ਆ ਜੀ, ਉਹ ਇਮਾਨਦਾਰ ਸੀਗੇ, ਉਹ ਆਏ ਸੀ, ਲੋਕ ਇਮਾਨਦਾਰੀ ਕੁਛ ਨਹੀਂ, ਤੁਸੀਂ ਕਰ ਲਓ, ਤੁਹਾਨੂੰ ਕਿਹਨੇ ਕਿਹਾ ਤੁਸੀਂ ਇਮਾਨਦਾਰ ਨਾ ਹੋ, ਉਹ ਇਮਾਨਦਾਰ ਸੀ ਤੁਹਾਡੇ ਕੋਲ ਚੱਲਿਆ, ਠੀਕ ਹੈ ਨੀ। ਜੇ ਇਮਾਨਦਾਰ ਸੀ ਉਹ 9000 ਕਿਲੋਮੀਟਰ ਤੋਂ ਆ ਕੇ ਇੱਕ ਕੰਪਨੀ ਦੇ ਰਾਹੀਂ ਤੁਹਾਡੇ 'ਤੇ ਰਾਜ ਕਰ ਗਏ। ਸਹੀ, ਦੁਨੀਆ ਦੇ ਵਿੱਚ ਹਿੰਦੁਸਤਾਨ ਆਧਾ ਜਗਾਦਾਂ ਤੋਂ ਲੈ ਕੇ ਅੱਜ ਤੱਕ ਸਭ ਤੋਂ ਵੱਧ ਆਬਾਦੀ ਦਾ ਦੇਸ਼ ਰਿਹਾ, ਸ਼ੁਰੂ ਤੋਂ ਹੀ, ਸ਼ੁਰੂ ਤੋਂ ਔਰ ਅਜਾ ਆਧਾ ਜੁਗਾਦਾਂ ਤੋਂ। ਕਾਰਨ ਦੇਸ਼ ਵੱਡਾ ਸੀ, ਠੀਕ ਹੈ, ਆਬਾਦੀ ਵਾਸਤੇ ਮਾਹੌਲ ਠੀਕ ਸੀ। ਹੁਣ ਯੂਰਪ 'ਚ ਆਬਾਦੀ ਥੋੜ੍ਹਾ ਵਧਣੀ ਆ, ਅੰਟਾਰਕਟਿਕਾ 'ਤੇ ਆਬਾਦੀ ਥੋੜ੍ਹਾ ਵਧਣੀ ਆ, ਜਿੱਥੇ ਭੁੱਖ ਨੰਗ ਹੋਵੇ ਆਬਾਦੀ ਥੋੜ੍ਹਾ ਵਧਣੀ ਆ। ਇੱਥੇ ਹਰ ਚੀਜ਼ ਦਾ ਸਹੂਲਤ ਸੀ, ਅੰਨ ਪੈਦਾ ਹੁੰਦਾ ਸੀ, ਫਲ ਪੈਦਾ ਹੁੰਦਾ ਸੀ, ਕਿੰਨੀਆਂ ਹੀ ਰੁੱਤਾਂ ਸੀ, ਗਰਮੀ 'ਚ ਵੀ ਲੈ ਸਕਦੇ ਹੋ। ਅੱਜ ਆਪਾਂ ਗਰਮੀ 'ਚ ਬੈਠੇ ਹਾਂ, ਦੱਖਣ 'ਚ ਵਗਜੋ ਉੱਥੇ ਕੋਈ, ਅੱਜ ਠੰਡ 'ਚ ਬੈਠੇ ਹਾਂ, ਕਿੰਨੀ ਠੰਡ ਹੈ, ਬੰਬਈ ਕੋਲ ਵਗਜੋ ਕੋਈ ਠੰਡ ਨਹੀਂ। ਸਧਾਰਨ ਕੱਪੜੇ ਪਾ ਕੇ ਤੁਸੀਂ ਬੀਚ 'ਤੇ ਕਿਨਾਰੇ 'ਤੇ ਗੇੜੇ ਦਿੰਦੇ ਫਿਰੋ, ਸਹੀ ਹੈ, ਇਹੋ ਹੀ ਮੁਲਕ ਹੈ, ਹਰ ਪ੍ਰਕਾਰ ਦੀ ਇੱਥੇ ਚੀਜ਼ ਮਿਲਦੀ ਹੈ। ਜਦੋਂ ਗਰਮੀ ਅੱਤ ਦੀ ਹੁੰਦੀ ਹੈ, ਹੈਂ, ਤੁਸੀਂ ਠੰਡੇ ਥਾਂ ਵਗਜੋ, ਜੰਮੂ ਕਸ਼ਮੀਰ ਚਲੇ ਜਾਓ, ਜੰਮੂ ਕਸ਼ਮੀਰ ਚਲੇ ਜਾਓ, ਆਹ ਲਓ, ਤੁਹਾਨੂੰ ਕੋਈ ਵੀਜ਼ਾ ਲੈਣ ਦੀ ਲੋੜ ਹੈ। ਇਸ ਕਰਕੇ ਇੱਥੇ ਆਬਾਦੀ ਵੱਧ ਸੀਗੀ, ਤਾਂ ਤਾਂ ਹਾਂ, ਇਹ 'ਚ ਕੋਈ ਸ਼ੱਕ ਨਹੀਂ। ਪਰ ਰਾਜ ਕਰਦਾ ਸ਼੍ਰੇਣੀਆਂ ਨੇ ਸਾਡੀ ਰਾਖੀ ਨਾ ਕੀਤੀ, ਇਹ ਅਯਾਸ਼ ਸੀ, ਜਿਹੜਾ ਵੀ ਰਾਜਾ ਅਤੇ ਪੁਜਾਰੀ ਆਇਆ ਉਹ ਅਯਾਸ਼, ਰਾਜੇਸ਼ੀ ਮੁਕੱਦਮ ਕੁੱਤੇ, ਬਾਬਾ ਨਾਨਕ ਵੀ ਕਹਿ ਗਿਆ ਤਾਂ, ਐਵੇਂ ਤਾਂ ਨਹੀਂ ਕਿਹਾ ਸੀ, ਐਵੇਂ ਤਾਂ ਨਹੀਂ ਕਿਹਾ, ਇੰਨਾ ਵਿਦਵਾਨ ਬੰਦੇ ਨੂੰ ਕੁੱਤੇ ਲਫ਼ਜ਼ ਕਹਿਣਾ ਪਵੇ ਉਹਨੂੰ, ਅਤੇ ਕਿੱਡੇ ਗਿਰੇ ਲੋਕ ਨੇ ਇਹ, ਬਾਬੇ ਦੀ ਗੱਲ ਨੂੰ ਤਾਂ ਨਹੀਂ ਨਾ ਇਹ ਰੱਦ ਕਰ ਸਕਦੇ। ਰਾਜੇ ਸ਼ੀ ਮੁਕੱਦਮ ਕੁੱਤੇ, ਜਾਇਜ਼ ਗਾਇਨ ਬੈਠੇ ਸੁੱਤੇ, ਚਾਕਰ ਨਹੁੰ ਦਾ ਪੈਂਦਾ ਘਾਉ, ਰੱਤ ਪਿੱਤ ਕੁੱਤਿਓ ਚੱਟ ਲੈ ਜਾਓ। ਬਾਬਾ ਨਾਨਕ ਕਹਿ ਕੇ ਗਿਆ ਇਹਨਾਂ ਬਾਰੇ, ਬਾਬਾ ਨਾਨਕ ਇਹਨਾਂ ਦੀਆਂ ਕਰਤੂਤਾਂ ਬਾਰੇ ਕਿੰਨਾ ਦੁੱਖ ਨਾਲ ਕਹਿਣਾ ਪਿਆ ਉਹਨੂੰ, ਬਾਬਾ ਕਿਸੇ ਨੂੰ ਗਾਲ ਥੋੜ੍ਹਾ ਦੇ ਸਕਦਾ ਸੀ, ਇਹਨੂੰ ਕੁੱਤਿਆਂ ਤੱਕ ਦੀ ਗਾਲ ਕੱਢਤੀ। ਆਪਾਂ ਦੱਸਦੇ ਨਹੀਂ ਨਾ, ਇੱਕ ਇੱਕ ਗੱਲ ਹੈ, ਮਤਲਬ ਜਿਵੇਂ ਅਸੀਂ ਦੂਜੇ ਦੀ ਚੀਜ਼ ਨੂੰ ਤਾਂ ਵੜਿਆ ਕੇ ਦੱਸਦੇ ਹਾਂ, ਆਪਦੀ ਚੀਜ਼ ਸਾਨੂੰ ਐਂ ਲੱਗਦਾ ਰਹਿੰਦਾ ਵੀ, ਹਨਾ, ਮਤਲਬ ਵੀ ਜੋ ਸਾਡੀ ਭਾਸ਼ਾ ਨੂੰ ਲੈ ਕੇ ਲੈ ਲਓ, ਹੁਣ ਸਾਡੀ ਮਾੜੀ, ਹਾਂ ਇਹ ਲੈ ਲਓ ਵੀ ਆਪਾਂ ਪੰਜਾਬੀ ਹਾਂ, ਹਾਂਜੀ, ਦੁਨੀਆਂ ਦੇ ਵਿੱਚ 16 ਕਰੋੜ ਪੰਜਾਬੀ ਨੇ ਜੀ, ਠੀਕ ਹੈ, ਔਰ ਦੁਨੀਆਂ ਦੀ 10ਵੀਂ ਵੱਡੀ ਕੌਮ ਹੈ, 10ਵੀਂ ਵੱਡੀ, ਪਹਿਲੇ ਦਸਾਂ 'ਚ ਨਾ ਆਉਂਦਾ, ਠੀਕ ਹੈ, 9 ਦੁਨੀਆਂ ਦੇ ਮੁਲਕ ਨੇ ਜਿਨ੍ਹਾਂ ਦੀ ਆਬਾਦੀ 14 ਕਰੋੜ ਤੱਕ ਹੈ, ਭਾਰਤ, ਚੀਨ, ਅਮਰੀਕਾ, ਇੰਡੋਨੇਸ਼ੀਆ, ਜਿੰਨੇ ਮੁਲਕ ਨੇ ਜਿਨ੍ਹਾਂ ਦੀ ਆਬਾਦੀ ਵੱਡੀ ਹੈ, ਆਪਣਾ ਰੂਸ, ਠੀਕ ਹੈ, ਜੇ 10ਵਾਂ ਵੱਡਾ ਦੇਸ਼ ਆਬਾਦੀ ਵਾਲਾ ਹੋਵੇ ਤਾਂ ਪੰਜਾਬ ਹੋਊਗਾ 16 ਕਰੋੜ ਦਾ, ਪੰਜਾਬ, ਇਹਨਾਂ ਨੂੰ ਕੋਈ ਮਾਣ ਹੀ ਨਹੀਂ, ਕੋਈ ਪਤਾ ਹੀ ਨਹੀਂ, ਕੋਈ ਪਛਾਣ ਹੀ ਨਹੀਂ, ਇਹ ਆਖਣਗੇ ਤਾਂ ਜਟਕੀ ਜੀ ਭਾਸ਼ਾ, ਆਪਦੀ ਮਾਂ ਬੋਲੀ ਜਟਕੀ, ਅਤੇ ਗੁਲਾਮੀ ਵਾਲੀ ਫਾਰਸੀ ਵੀ ਪੜ੍ਹੀ ਹੈ ਇਹਨਾਂ ਨੇ, 700 ਈਸਵੀ ਤੋਂ ਲੈ ਕੇ 712 ਈਸਵੀ ਤੋਂ ਲੈ ਕੇ ਜੀ 1835 ਤੱਕ ਫਾਰਸੀ ਭਾਸ਼ਾ ਸੀ, ਲਗਾਤਾਰ ਸੀ, ਸਰਕਾਰੀ ਭਾਸ਼ਾ ਸੀ, ਪੜ੍ਹੇ ਫਾਰਸੀ ਅਤੇ ਵੇਚੇ ਤੇਲ, ਆਦਾ ਇਹ ਕੁਦਰਤ ਦੇ ਖੇਲ, ਹੱਥ ਕੰਗਣ ਨੂੰ ਆਰਸੀ ਕੀ, ਪੜ੍ਹੇ ਲਿਖੇ ਨੂੰ ਫਾਰਸੀ ਕੀ, ਠੀਕ ਹੈ ਨਾ, ਘਰ ਘਰ ਮੀਆਂ ਸਭ ਨਾ ਜੀਆਂ, ਬੋਲੀ ਅਵਰਤਮਾਰੀ, ਬਾਬੇ ਨਾਨਕ ਨੇ ਕਿਹਾ ਥੋੜ੍ਹੀ ਦੇਰ ਬੋਲੀ ਹੋਰ ਆਵੇ, ਅਵਰਤਮਾਰੀ ਬਗਾਨੀ ਭਾਸ਼ਾ, ਘਰ ਘਰ ਮੀਆਂ, ਅੱਗੇ ਮੀਆਂ ਮੀਆਂ ਕਰਦੇ ਸੀ, ਹੁਣ ਆਪਾਂ ਸਰ ਸਰ ਕਰਦੇ ਹਾਂ, ਸਰ ਸਰ, ਟਰਕਿਸ਼ ਵੇ ਆਫ ਲਾਈਫ ਤੋਂ ਐਂਗਲੋ ਵੇ ਆਫ ਲਾਈਫ 'ਚ ਆ ਗਏ, ਅਸੀਂ ਤਰੱਕੀ ਕਰ ਗਏ ਹਾਂ, ਤਰੱਕੀ, ਗੁਲਾਮੀ ਦਾ ਨਾਂ ਤਰੱਕੀ ਧਰ ਲਿਆ ਇਹਨਾਂ ਨੇ, ਗੁਲਾਮੀ ਦਾ ਨਾਂ, ਹਾਂ,
ਵੱਧ ਗੁਲਾਮੀਆਂ ਨਹੀਂ ਰਹੇ ਹਾਂ ਗੁਲਾਮੀ ਜਿਹਦੀ ਮਾਨਸਿਕ ਵੇਖੋ ਤੁਹਾਨੂੰ ਕੁੱਟ ਕੇ ਕੋਈ ਗੁਲਾਮ ਬਣਾ ਲਏ ਕੁੱਟ ਕੇ ਤਾਂ ਥੋੜ੍ਹੇ ਜਿਹੇ ਤਰਸ ਕੀਤਾ ਜਾ ਸਕਦਾ ਯਾਰ ਵੀ ਧੱਕੇ ਨਾਲ ਧੋਖੇ ਨਾਲ ਕੁੱਟ ਕੇ ਗੁਲਾਮ ਬਣਾ ਲਿਆ ਬੰਦਾ ਬੜਾ ਚੰਗਾ ਸੀ ਪਰ ਜੇ ਤੁਸੀਂ ਹੀਣ ਭਾਵ ਦੇ ਵਿੱਚ ਆ ਕੇ ਉਹਦੀ ਗੁਲਾਮੀ ਮਨਜ਼ੂਰ ਕਰੋ ਫਿਰ ਤੁਸੀਂ ਤਰਸ ਦੇ ਕਾਬਲ ਨਹੀਂ ਹੋ ਸ਼ਤਰਾਂ ਦੇ ਯਾਰ ਜਿਵੇਂ ਮਤਲਬ ਉਹੀ ਗੱਲ ਤੁਸੀਂ ਕਿਹਾ ਪਈਆਂ ਵੀ ਆਪਦੀ ਸਤਿ ਸ਼੍ਰੀ ਅਕਾਲ ਬੁਲਾਉਣ ਤੋਂ ਲੋਕਾਂ ਨੂੰ ਐਂ ਲੱਗਦਾ ਤੇ ਗੁੱਡ ਮਾਰਨਿੰਗ ਕਹਿ ਚੈਨ ਗੁੱਡ ਮਾਰਨਿੰਗ ਕੁਮਾਰ ਹੈ ਗੁੱਡ ਮਾਰਨਿੰਗ ਗੁੱਡ ਈਵਨਿੰਗ ਗੁੱਡ ਨਾਈਟ ਹੈਂ ਸਤਿ ਸ਼੍ਰੀ ਅਕਾਲ ਕਹਿਣਾ ਜਾਂ ਰਾਮ ਰਾਮ ਕਹਿਣਾ ਸਲਾਮ ਅਲੈਕਮ ਕਹਿਣਾ ਉਦੋਂ ਐਂ ਲੱਗਦਾ ਯਾਰ ਇਹ ਅਨਪੜ੍ਹਾਂ ਦੀ ਗੱਲ ਕੀ ਕਰੀ ਜਾਂਦਾ ਹੈਂ ਕਿਉਂਕਿ ਉਹਨਾਂ ਕੋਲ ਇਹੋ ਜਿਹਾ ਸ਼ਬਦ ਹੀ ਨਹੀਂ ਸੀ ਫਿਰ ਗੁੱਡ ਮਾਰਨਿੰਗ ਹੀ ਕਰ ਸਕਦੇ ਸੀ ਉਹਨਾਂ ਕੋਲ ਸ਼ਬਦ ਦੱਸੋ ਇਹਦੇ ਮੁਕਾਬਲੇ ਸਹੀ ਹੈ ਸਾਰੇ ਯੂਰਪ ਦੇ ਬੰਦੇ 'ਚ ਦੱਸਦੇ ਵੀ ਯੂਰਪ ਕੋਲ ਆ ਬਹੁਤ ਵਧੀਆ ਸ਼ਬਦ ਸੀ ਫਿਰ ਕੀ ਕਰ ਸੀ ਭਾਈ ਥੋੜ੍ਹੀ ਸ਼ੁਭ ਰਾਤਰੀ ਆਪਾਂ ਇਹ ਕਹਾਂਗੇ ਨਾ ਸ਼ੁਭ ਸਵੇਰ ਸ਼ੁਭ ਦੁਪਹਿਰ ਸਹੀ ਹੈ ਇਹ ਤਾਂ ਸਾਰੇ ਸ਼ੁਭ ਨੇ ਅਸ਼ੁਭ ਕਦੇ ਹੋਏ ਹੀ ਨਹੀਂ ਉਹਨੂੰ ਸ਼ੁਭ ਕਹਿਣ ਦੀ ਤਾਂ ਹੋਏ ਜੇ ਅਸ਼ੁਭ ਹੋਣ ਕੁਦਰਤ ਸਾਰੀ ਸ਼ੁਭ ਹੈ ਇਹਨਾਂ ਨੂੰ ਕਹਿਣ ਦੀ ਕੀ ਲੋੜ ਹੈ